ਅਸੀਂ ਗਾਣੇ ਸੁਣਾਉਂਦੇ ਇੱਕ ਦੂਸਰੇ ਰਿਆਜ਼ ਕਰ ਲਈਏ ਆਪ ਤਾਂ ਫਸਲਾਂ ਵਰਗਾ ਗੁਰੂਕਾਰ ਬਣਾਉਣਾ ਸਾਨੂੰ ਮਾਮੂ ਨੇ ਹਮ ਤੁਹਾਰੇ ਲਈ ਤੁਸੀਂ ਨਾ ਉਰਦੂ ਬੋਲਿਆ ਕਰੋ ਅੱਲਾ ਵੇਖ ਰਿਹਾ ਹਮ ਤੁਹਾਰੇ ਲਈ ਤੁਸੀਂ ਮੇਰੀ ਫਰਮਾਇਸ਼ ਦਾ ਗਾਣਾ ਸੁਣਾਓ ਹੁਕਮ ਕਰ ਫਰਮਾਇਸ਼ ਕਰ ਯਾਰ ਪੰਜਾਬੀ ਗਾਣਾ ਅੱਛਾ ਚੱਲ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਇਹ ਸੁਣਾ ਜਦੋਂ ਗੱਲ ਹੀ ਕੋਈ ਨਹੀਂ ਤੇ ਐਵੇਂ ਟਾਈਮ ਜਾ ਕਰੀ ਕੋਈ ਗੱਲ ਨਹੀਂ ਭਾਣੇ ਇੱਕ ਸਵਾਲ ਦਾ ਜਵਾਬ ਦੇ ਦਿਓ ਅੱਗੇ 28 ਦਿਨ ਰਹਿ ਗਏ ਇਲੈਕਸ਼ਨ ਹਾਂ ਇੱਕ ਸਵਾਲ ਦਾ ਜਵਾਬ ਦਿਓ ਹਾਂ ਕਿਉਂ ਨਹੀਂ ਜਵਾਬ ਦੇਾਂਗੇ ਇਹ ਸ਼ੁਰੂ ਤੋਂ ਕਾਲੇ ਹੋਏ ਜਾਂ ਬਾਅਦ ਚ ਲਾਣਤ ਪਈ ਹੈ ਸਾਲ ਹੋਇਆ ਨਜ਼ਰ ਲੱਗੀ ਮੈਨੂੰ ਕਰੀਏ ਅੱਛਾ ਮੈਂ ਸਮਝਿਆ ਸਮਾਨੀ ਬਿਜਲੀ ਲੱਗੀ ਆ ਉਹ ਸਾਡੇ ਤੇ ਬਿਜਲੀ ਨਹੀਂ ਲੱਗੀ ਅੱਛਾ ਆਪਣਾ ਉਹ ਮਾਮਾ ਚਲਾ ਗਿਆ ਉਧਰ ਰੋਟੀ ਖਾਣ ਹਾਂ ਤੇ ਤੁਸੀਂ ਵੀ ਅੰਦਰ ਆਓ ਤੁਹਾਡੀ ਫੇਵਰੇਟ ਡਿਸ਼ ਬਣਾਈ ਆ ਕੀ ਬਣਾਇਆ ਮੇਰੇ ਵਾਸਤੇ ਛੋਟੇ ਗੋਏ ਦੇ ਕੋਫਤੇ ਪੱਕੇ ਕੀ ਕਰ ਰਹੇ ਹੋ ਰਿਆਜ਼ ਕਰ ਰਿਹਾ ਸਾਂ ਰਿਆਜ਼ ਕਰ ਰਿਹਾ ਤੇ ਮੇਰਾ ਕੰਮ ਨਹੀਂ ਕੀਤਾ ਕਿਹੜਾ ਕੰਮ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਮੇਰਾ ਦਹੀਂ ਕਿੱਥੇ ਦਹੀਂ ਲਿਆਵਾਂ ਮੈਂ ਤੇਰਾ ਮੈਂ ਖਾਵਦ ਬਣਨਾ ਕਿ ਤੇਰਾ ਨੌਕਰ ਬਣਨਾ ਤੇ ਬੰਦੇ ਸਾਰੇ ਕੰਮ ਕਰਦੇ ਨੇ ਕਰਦੇ ਦੇਖੋ ਮੇਰੀ ਗੱਲ ਸੁਣ ਮੈਂ ਆਪਣੇ ਕਸਤਾਂ ਨੂੰ ਬਹੁਤ ਕਿਹਾ ਮੈਨੂੰ ਦਹੀਂ ਲਿਆ ਕੇ ਦਿਓ ਉਹ ਨਾ ਫਿਲਮ ਵੇਖ ਰਹੇ ਨੇ ਉਹ ਵੀ ਸ਼ਾਹਰੁਖ ਖਾਨ ਦੀ ਉਹ ਕਹਿੰਦੇ ਨੇ ਮੁੱਕਣਗੇ ਤੇ ਫਿਰ ਲਿਆ ਕੇ ਦਵਾਂਗਾ ਦਹੀਂ ਹੁਣ ਮੈਂ ਕੀ ਕਰਾਂ ਮੈਨੂੰ ਦੱਸੋ ਮੈਂ ਸ਼ਾਹਰੁਖ ਖਾਨ ਨੂੰ ਕਹਾਂ ਮੈਨੂੰ ਦਹੀਂ ਲਿਆ ਕੇ ਦੇਵੇ ਸ਼ਾਹਰੁਖ ਖਾਨ ਕੋਲ ਦਹੀਂ ਨਾ ਮੰਗਾਈ ਕਿਉਂ ਉਹਨੇ ਕਾਕਾ ਕਾਕਾ ਕਰਕੇ ਸਾਰੇ ਢੋਲ ਦੇਣਾ ਨਾ ਕੋਈ ਇੱਧਰ ਪਹਾੜ ਏ ਨਾ ਕੋਈ ਦਰਿਆ ਪਤਾ ਨਹੀਂ ਕਿੱਥੋਂ ਡਿੱਗਦਾ ਤੂੰ ਕੈਸੇ ਹੋ ਮੈਂ ਠੀਕ ਹੋ ਕੈਸੇ ਹੋ ਫਾਈਨ ਓ ਐਸਾ ਆਵਾਜ਼ ਮੈਟਰੋ ਬੱਸ ਚੰਦਾ ਕਿਆ ਨਾਜ਼ਰੀਨ ਅਗਲਾ ਸਟਾਪ ਗਾਜੂ ਮਾਤਾ ਨੈਕਸਟ ਕਾਨਾ ਕਾਚਾ ਯੋਨਾਬਾ ਇਹ ਜਨ ਯੋਨਾਬਾ ਕਿਧਰ ਹੈ ਯੋਨਾਬਾ ਫੇਸ 3 ਮੇ ਚਾਹ ਜੋ ਗਾ ਲੱਭਦਾ ਨੀ ਤੂੰ ਕੱਚੇ ਪੀ ਲਾ ਫਿਰਨ ਦੇ ਕੰਮ ਸਵੇਰ ਦਾ ਲੱਭਣ ਨੀ ਅੱਛਾ ਗੱਲ ਸੁਣ ਸ਼ਾਦੀ ਦਾ ਕੀ ਪ੍ਰੋਗਰਾਮ ਸ਼ਾਦੀ ਤੋਂ ਲੈ ਕੇ ਜਾਣਾ ਮੈਨੂੰ ਆਪਣੇ ਘਰ ਆਪਣੇ ਮਾਪਿਆਂ ਦੇ ਘਰ ਬੈਠੀ ਆ ਅਜੇ ਤੇ ਪਠਾਨ ਨਾਲ ਕੱਟਾ ਖਾਣ ਗਿਆ ਵਾ ਮਾਮਾ ਆਏਗਾ ਤੇ ਉਹਦੇ ਨਾਲ ਗੱਲ ਕਰਾਂਗੇ ਪਿੰਡ ਲੈ ਜਾਣਾ ਤੈਨੂੰ ਮੈਂ ਮੈਨੂੰ ਵਿਆਹ ਕੇ ਫੌਰਨ ਪਿੰਡ ਲੈ ਜਾ ਪਿੰਡ ਲੈ ਜਾ ਮੈਂ ਤੇਰੇ ਨਾਲ ਜਾ ਕੇ ਰਹਿਣਾ ਚਾਹਨੀ ਆ ਨਾਲੇ ਮੈਨੂੰ ਇਹ ਦੱਸ ਪਿੰਡ ਲਿ ਜਾ ਕੇ ਮੈਨੂੰ ਰੱਖੇਗਾ ਕਿੱਥੇ ਉਹ ਮੇਰੇ ਮਾਮੇ ਦਾ ਹੈ ਮਾਮੇ ਦਾ ਮੁੰਡਾ ਵਿਹਲਾ ਫਿਰ ਰਿਹਾ ਉਹਦੇ ਘਰ ਰੱਖਾਂਗੇ ਅਸੀਂ ਮਾਮੇ ਦੇ ਘਰ ਰਵਾਂਗੇ ਕਦੀ ਉਹ ਰੱਖ ਲੇਗਾ ਕਦੀ ਮੈਂ ਰੱਖ ਲਿਆ ਕਰਾਂਗਾ ਕਿਰਾਇਆ ਜੀ ਪੱਠਾ ਦੇਈਦਾ ਮੈਂ ਤੇਰੇ ਨਾਲ ਰਹਿਣਾ ਮੈਨੂੰ ਆਪਣਾ ਘਰ ਲੈ ਕੇ ਰਹਿ ਗੱਲ ਸੁਣ ਅੰਮੀ ਨੇ ਜ਼ੇਵਰ ਬੜਾ ਬਣਾਇਆ ਤੇਰੇ ਲਈ ਕੀ ਕੀ ਬਣਾਇਆ ਮੇਰੇ ਅੰਦਰ 12 ਚੂੜੀਆਂ ਆਹਾ 12 ਚੂੜੀਆਂ ਇੱਧਰ ਤੇ 12 ਇੱਧਰ ਸੋਨੇ ਦੀਆਂ ਦੋ ਕੜੇ ਬਣਾਏ ਕਿ ਚੂੜੀਆਂ ਨਿਕਲਣ ਨਾ ਇੱਕ ਲਾਕਟ ਦੋ ਹਾਰ ਦੋ ਹਾਰ ਇੱਕ ਗਾਨੀ ਦੇ ਨਾਲ ਮੇਰੀ ਨਾਨੀ ਨਾਨੀ ਨੇ ਕੀ ਕਰਨਾ ਘਰ 'ਚ ਬੈਠੀ ਦਮ ਦੇ ਜੇਗੀ ਉੱਥੇ ਲੈ ਆਵਾਂਗੇ ਮੇਰੀ ਗੱਲ ਸੁਣ ਹਾਰ ਮੈਨੂੰ ਸੈੱਟ ਬਹੁਤ ਸੋਹਣਾ ਚਾਹੀਦਾ ਐਡਾ ਲੰਮਾ ਹਾਰ ਚਾਹੀਦਾ ਉਹ ਮੈਂ ਦੁਬਈ ਜਾ ਰਿਹਾ ਇਸੇ ਮਸਲੇ ਲਈ ਉਥੋਂ ਜ਼ੇਵਰ ਅੱਛਾ ਮਿਲਦਾ ਹੈ ਮੈਨੂੰ ਪਾਕਿਸਤਾਨੀ ਜ਼ੇਵਰ ਪਸੰਦ ਅੰਮੀ ਨੇ ਪੂਰਾ ਸੈੱਟ ਬਣਾਇਆ ਤੇਰੇ ਲਈ ਮੈਨੂੰ ਪੂਰਾ ਨਹੀਂ ਮੈਨੂੰ ਦੋ ਸੈੱਟ ਚਾਹੀਦੇ ਇੱਕ ਫਿਰ ਅੱਬੇ ਦਾ ਪਿਆ ਉਹ ਪਾ ਦਈਏ ਨਹੀਂ ਉਹਨੂੰ ਤੇ ਇਨਸਾਫ ਨਾ ਲੱਗ ਗਿਆ ਹੁਣ ਕਾਹਦੀ ਸਿਆਣੀ ਆ ਜੰਗ ਲੱਗ ਗਿਆ ਰਗੜ ਲਈ ਅੰਮੀ ਕਾਹਦੇ ਹੱਥ ਗਈ ਅੰਮੀ ਦੇ ਹੱਥ ਟੁੰਡੇ ਨੇ ਆ ਜਾ ਜਿਹੜੇ ਮੈਂ ਚੌਂਸੇ ਚੁਪਣ ਨੇ ਆ ਸਾਲਿਓ ਸਾਈਕਲ ਨੂੰ 3600 ਦੇ ਸ਼ੀਸ਼ੇ ਲਵਾ ਲੈਣੇ ਨੇ ਮਾਂ ਨੂੰ ਬੁਰਖਾ ਨਹੀਂ ਲੈ ਕੇ ਦੇਣਾ ਓਏ ਮੈਂ ਤੇ ਇਸ ਗੱਲ ਤੋਂ ਹੈਰਾਨ ਆ ਪੰਜਾਂ ਦਾ ਨੋਟ ਬੰਦ ਹੋ ਗਿਆ ਟੈਡੀ ਹਜੇ ਵੀ ਚੱਲਣ ਰਿਹਾ ਤੇ ਤੂੰ ਟਾਈਮ ਕੱਢ ਹਾਂ ਤੈਨੂੰ ਠੀਪਾ ਫੜਾਵਾਂ ਕੀ ਕੀ ਗੱਲ ਕਰਨ ਲੜਕੀ ਦਾ ਸ਼ਾਦੀ ਕਰਨੀ ਆ ਕਿੱਥੇ ਸ਼ਾਦੀ ਕਰੇਗਾ ਯੈਸ ਹਾਂ ਸੁਹਾਗ ਰਾਤ ਨੂੰ ਦੋ ਬੰਦੇ ਲੱਭੀ ਵਜਾ ਇੱਕ ਆਪਣੇ ਲਈ ਕਿਹਦੇ ਲਈ
ਪੜਿਆ ਲਿਖਿਆ ਬੰਦਾ ਲੱਗ ਰਿਹਾ 50,000 ਤੇ 50,000 ਕਿੰਨਾ ਲੱਖ ਲਾਨਤ ਇਹ ਆਮਰ ਭਾਈ ਵੱਲੋਂ ਪਹੁੰਚੀ ਮੇਰੇ ਵੱਲੋਂ ਅੱਜ ਆਉਣੀ ਆ ਮੇਰੀ ਗੱਲ ਸੁਣ ਉਹ ਕੁੜੀ ਦਾ ਹੱਥ ਫੜ ਮੈਂ ਤੂੰ ਪਿੱਛੇ ਹੋ ਜਾ ਜੇਬ ਨਾ ਕੱਟ ਲਈ ਪਠਾਨ ਜੱਟ ਪਿੱਛੇ ਹੋ ਤਾਂ ਜੇਬ ਵੀ ਕੱਟਤਾ ਗੋਲੀ ਮਾਰਤਾ ਯਾਰ ਗੋਲੀ ਮਾਰ ਅੱਛਾ ਇਹੋ ਜਿਹਾ ਬੰਦਾ ਨਾ ਈਦ ਵਾਲੇ ਦਿਨ ਮਰ ਕੇ ਸਾਰੇ ਟੱਬਰ ਦੀ ਈਦ ਖਰਾਬ ਕਰ ਦਿੰਦਾ ਕਿਆ ਵਾ ਕਿਆ ਤਮਾਕੂ ਕੌੜਾ ਪਾਇਆ ਜੀ ਇਹ ਕੌੜਾ ਤੈਨੂੰ ਮਿੱਠਾ ਵੀ ਦੇਵਾਂ ਮੇਰੀ ਗੱਲ ਕੋ ਬਤਾਉਣਾ ਮੇਰੀ ਗੱਲ ਤੇ ਮੈਨੂੰ ਵੀ ਆਪ ਹੱਥ ਫੜ ਦੇ ਇਹ ਦੱਸੇਗਾ ਸਹੀ ਹੈ ਜ਼ਿੰਮੇਦਾਰ ਇਹਨੇ ਕਈ ਲਿਆਈਆਂ ਨੇ ਕਿਆ ਪੁਸ਼ਪਾ ਪੁਸ਼ਪਾ ਯਾਦ ਕਰੋ ਵੋ ਦੀਵਾਲੀ ਕੀ ਰਾਤ ਯਾਦ ਕਰੋ ਵੋ ਦੀਵਾਲੀ ਕੀ ਰਾਤ ਉਸ ਰਾਤ ਜੋ ਆਪਕੇ ਹੱਥ ਮੇਂ ਦੀਆ ਥਾ ਉਸ ਰਾਤ ਜੋ ਮੈਨੇ ਆਪਕੇ ਹੱਥ ਮੇਂ ਦੀਆ ਥਾ ਵੋ ਮੇਰੇ ਪਿਛਲੇ ਨੇ ਦੀਆ ਥਾ ਉਸਕੋ ਕਹਿ ਰਹੇ ਆਪਕੋ ਥੋੜੀ ਆਪ ਹੀ ਬੋਲੋ ਪਿਕਰੇ ਬੋਲੋ ਇਸਕੇ ਲੀਏ ਹੱਥ ਪਕੜ ਆ ਅਸਲਾ ਮੈਨੂੰ ਫੜਾ ਦੇ ਗੰਦੇ ਅਸਲੇ ਦੇ ਆ ਜਿੰਨੀ ਗਰਮੀ ਪੈਣ ਦੀ ਉਹਦੇ ਨਾਲ ਵੀ ਚੱਲ ਜਾਂਦਾ ਹੁਣ ਇਹਨੂੰ ਹੱਥ ਫੜਾਵਾਂਗੀ ਮੈਂ ਦੋ ਮਿੰਟ ਦੀ ਗੱਲ ਆ ਧੀਆਂ ਭੈਣਾਂ ਵਾਲਾ ਉਹ ਚੱਲ ਚਲੋ ਚੱਲ ਜੀ ਹੱਥ ਚੱਲ ਫੋਤੀ ਰਿਹਾ ਬੱਚਿਆ ਜੀ ਜੀ ਮਾਮੂ ਹੱਥਾਂ 'ਚ ਹੱਥ ਪਾ ਪਾ ਲੇ ਅੱਖਾਂ 'ਚ ਅੱਖਾਂ ਪਾ ਅੱਖਾਂ 'ਚ ਅੱਖਾਂ ਪਾ ਲੀਆਂ ਕੁੜੀਏ ਦੇ ਮੂੰਹ 'ਤੇ ਥੁੱਕ ਬੇਵਕੂਫ ਉਹ ਪਠਾਨ ਨੂੰ ਪੁੱਛੀਦਾ ਵੀ ਕਿੱਥੇ ਥੁੱਕਣਾ ਤੇਰਾ ਬੰਦਾ ਕਿੱਥੇ ਉਹ ਸ਼ਾਹਕੋਟ ਉਹ ਤੁਸੀਂ ਸਾਰੇ ਬੀਕੇ ਨਾ ਉਚਤ ਨਹੀਂ ਪੜੇ ਮਾਰੋ ਇਸਕੋ ਮਾਰੋ ਪਤਮੀ ਓਏ ਤੇਰਾ ਵਾਰੀ ਆ ਜਾ ਫਿਰ ਚਲੋ ਇਧਰ ਆ ਤੂੰ ਬਾਰ ਬਾਰ ਖਿਲਾੜੀ ਆ ਨਹੀਂ ਉਹ ਪੜਾ ਲਿਖਾ ਹੈ ਸਮਝਦਾਰ ਹੈ ਇੱਕ ਸਵਾਲ ਫਸਿਆ ਹੋਇਆ ਜ਼ਿਹਨ 'ਚ ਪੁੱਛੋ ਇਹ ਇਲੈਕਸ਼ਨ ਔਰ ਸੁਹਾਗਰਾਤ ਕਾ ਕੀ ਮਤਲਬ ਹੈ ਇਸਮੇ ਕੀ ਹੈ ਇਹ ਕੀ ਹੈ ਬੋਲੋ ਨਾ ਉਮੀਦਵਾਰ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਨਹੀਂ ਰਸ਼ ਵਾਲਾ ਸਮਝ ਨਹੀਂ ਆਈ ਲਾਲਕ ਇਹ ਕੌਣ ਹੈ ਜੀ ਫਿਰਦੀ ਤੁਰਦੀ ਲਾਸ਼ ਇਹ ਖਬਰਦਾਰ ਇਹ ਹਮਾਰੇ ਦਾਦਾ ਮਰਹੂਮ ਹੈ ਅੱਛਾ ਅੱਛਾ ਇਹ ਮਰ ਗਿਆ ਸਿਗਲ ਲੈਣ ਆਇਆ ਤੇ ਕਬਰ ਮੱਲੀ ਗਈ ਆ ये लड़की कौन है इसका मेरे साथ शादी होगा अच्छा मीठी है ये मीठी मीठी ना है मेरा तो तुम इधर क्या कर रहे हैं मैं शादी करनी है अच्छा इससे शादा करना है आपने खान साहब शादी हुंदी मैं शादा माजा साजा किथों लगता फिर शादी ओ खान साहब शादी होती है छोटी सी शादी होती है आपने शादा कर दी है पहले छोटी होती है बाद में बड़ी हो जाती है दादा ਉਹ ਰਿਸ਼ਤੇਦਾਰ ਆਤੇ ਨਾ ਸਾਰੇ ਉਹ ਕਬੀਲਾ ਆਤਾ ਹੈ ਕਲੀਅਰੈਂਸ ਚ ਨਾ ਪਾ ਤੁਸੀਂ ਦਾਦਾ ਜੀ ਜੀ ਅੰਦਰ ਚੱਲ ਜਾ ਤੇਰੀ ਕਬਰ ਮੱਲੀ ਜਾਣੀ ਹੈ ਅੱਜ ਪਤਾ ਨਹੀਂ ਇੱਧਰ ਦੀ ਹਵਾ ਹੈ ਕੁੜੀਆਂ ਹੀ ਆ ਜਾਂਦੀਆਂ ਕੀ ਕਰਨੇ ਆਇਆ ਇੱਥੇ ਮਰ ਗਿਆ ਮੈਂ ਤੇਨਾਂ ਪਿਆਰ ਕਰਨੀ ਤੇ ਲੱਭੀ ਜਾ ਰਹੀਆਂ ਪਿਆਰ ਕਰਨੀ ਹੈ ਜ਼ਾਹਿਰ ਹੈ ਤੇਨਾਂ ਵਿਆਹ ਕਰਨਾ ਚਾਹਨੀ ਆ ਪਠਾਨ ਤੇ ਸ਼ਾਦੀ ਕਰਨੇ ਦਾ ਕੋਈ ਫਾਇਦਾ ਨਹੀਂ ਹੈ ਕੀ ਮਤਲਬ ਕੋਈ ਫਾਇਦਾ ਨਹੀਂ ਹੈ 10 ਸਾਲ ਬਾਅਦ ਵੀ ਔਲਾਦ ਨਹੀਂ ਹੋਗਾ ਤੁਹਾਰੇ ਮੇ ਕੋਈ ਫਾਲਟ ਹੈ ਇਹ ਬਤਾਓ ਨਹੀਂ ਫਾਲਟ ਨਹੀਂ ਹੈ ਬਸ ਸਾਨੂੰ ਉਂਝ ਨਹੀਂ ਪਤਾ ਲੱਗਦਾ ਸ਼ਾਦੀ ਮੈਂ ਸ਼ਾਦੀ ਨਹੀਂ ਕਰੇਗਾ ਅਭੀ ਕਿਉਂ ਨਹੀਂ ਕਰੇਗਾ ਵਜ੍ਹਾ ਰੀਜ਼ਨ ਬਤਾਓ ਮੁਝੇ ਨਹੀਂ ਮੈਂ ਸ਼ਾਦੀ ਆਪ ਸ਼ਾਦੀ ਕਰੇਗਾ ਮੈਂ ਤੁਮਸੇ ਸ਼ਾਦੀ ਕਰੂੰਗਾ ਤੁਮਸੇ ਪਿਆਰ ਕਰਤੀ ਹੂੰ ਆਪਕੀ ਪਹਿਲੇ ਸ਼ਾਦੀ ਤੋਂ ਨਹੀਂ ਹੋਈ ਮੇਰੀ ਸ਼ਾਦੀ ਇਤਨੀ ਸੀ ਵੀ ਨਹੀਂ ਹੋਈ ਹਾਂਜੀ ਇਤਨੀ ਸੀ ਵੀ ਨਹੀਂ ਹੋਈ ਅਨਟੱਚ ਰੱਬ ਦਾ ਵਾਹ ਉਹ ਕਾਕੀ ਉਹ ਕਾਕੀ ਉਹ ਪਰਸੋਂ ਤਲਦਲਾ ਆਇਆ ਹਜੇ 130 ਦੀ ਸਪੀਡ ਤੇ ਤੂਫਾਨ ਆਇਆ ਗੱਲ ਉਹ ਕਰ ਜਿਹੜੀ ਉਹ ਵੀ ਮੰਨ ਲੈਣ
यार बिल्कुल भी शादी नहीं, मुझे शादी का पता भी नहीं है। जीरो मीटर है, जीरो मीटर अनटच। लो जी रब मेनू झूठ बुलावे, हुण ओह पत्री जी घस गई जिथे मीटर लगा सी। शादी का आपको पता नहीं? नहीं पता, बिल्कुल नहीं पता। बिल्कुल शादी में इतना कोई ज्यादा काम नहीं होता। जो भी होता वो मुझे बताओ ना, होता क्या है वैसे? बस एक लाड़ा होता। फिर क्यों होता है? नाल वाले कितने सारे बंदे जाते ने। बंदे जाते? हां जी, ब्याह के औरत नु घर ले आंदे ने। फिर क्या होता है? एक सोने जे कमरे दी सेज सजी दी उथे रोटी बिठा देंदे ने। फिर क्या होता है? लाड़ा आके उना प्यार भरी बदियां गल्लां करदा। फिर क्या होता है? फिर कुड़ी सोनी होवे तंत्रो कुंडी लाउंदा, ते जे कुड़ी कोची होवे ते फिर बाहरों कुंडी लाउंदा।